ਸਤਿ ਸ਼੍ਰੀ ਅਕਾਲ ਜੀ। ਪੂਰੇ ਸੰਸਾਰ 'ਚ ਵੱਸਦੇ ਹੋਏ ਮੇਰੇ ਸਾਰੇ ਹੀ ਵੀਰੋ ਭੈਣੋ, ਮੈਂ ਅੱਜ ਇੱਕ ਸੋਸ਼ਲ ਮੀਡੀਆ 'ਤੇ ਲਾਲਜੀਤ ਭੁੱਲਰ ਜੀ ਦੀ ਇੱਕ ਵੀਡੀਓ ਸੁਣ ਰਿਹਾ ਸੀ। ਜੋ ਕਿ ਕੱਲ੍ਹ ਸ਼ਰੇਆਮ ਹਜ਼ਾਰਾਂ ਬੰਦਿਆਂ ਦੇ ਵਿਚਕਾਰ ਰਾਮਗੜੀਆ ਸੁਨਿਆਰਾ ਅਤੇ ਓ ਬੀ ਸੀ ਸਮਾਜ ਦੇ ਬਾਰੇ ਬੜੇ ਹੀ ਮਾੜੇ ਲਫ਼ਜ਼ ਬੋਲੀ ਜਾ ਰਿਹਾ ਸੀ। ਸੁਣ ਕੇ ਬੜਾ ਅਫਸੋਸ ਹੋਇਆ ਵੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੀ ਕੈਬਨਿਟ ਦੇ ਵਿੱਚ ਇਹੋ ਜਿਹੇ ਬੰਦੇ ਰੱਖੇ ਨੇ ਜਿਨ੍ਹਾਂ ਦੇ ਅੰਦਰ ਇੰਨੀ ਨਫ਼ਰਤ ਭਰੀ ਹੋਈ ਹੈ ਔਰ ਇੰਨਾ ਹੰਕਾਰ ਉਸ ਬੰਦੇ ਨੂੰ ਹੈ ਕਿ ਮੈਂ ਜੱਟ ਹੋਣ ਦਾ, ਕਿ ਰਾਮਗੜੀਏ ਕੋਈ ਬੰਦੇ ਨਹੀਂ ਹੁੰਦੇ, ਸੁਨਿਆਰੇ ਕੋਈ ਬੰਦੇ ਨਹੀਂ ਹੁੰਦੇ, ਜਾਂ ਓ ਬੀ ਸੀ ਸਮਾਜ ਉਹ ਕੋਈ ਬੰਦੇ ਨਹੀਂ ਹੈ। ਐਡਾ ਹੰਕਾਰ ਉਸ ਬੰਦੇ ਦੇ ਅੰਦਰ ਔਰ ਕਿਸ ਤਰੀਕੇ ਦੇ ਨਾਲ ਸਾਡੇ ਲੋਕਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਪੰਜਾਬ 'ਚ ਵੱਸਦੇ ਹੋਏ ਸਾਰੇ ਹੀ ਓ ਬੀ ਸੀ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ, ਆਪ ਸਾਰੇ ਹੀ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਜਦੋਂ ਇਹ ਵੋਟਾਂ ਪੈਣੀਆਂ ਅੰਮ੍ਰਿਤਸਰ, ਇਕੱਲੇ ਇਕੱਲੇ ਦੇ ਘਰ ਜਾ ਕੇ, ਇਕੱਲੇ ਇਕੱਲੇ ਦੇ ਘਰ ਜਾ ਕੇ, ਚਾਹੇ ਉਹ ਰਾਮਗੜੀਆ ਹੋਵੇ ਜਾਂ ਨਾ ਹੋਵੇ, ਚਾਹੇ ਉਹ ਓ ਬੀ ਸੀ ਹੋਵੇ ਜਾਂ ਨਾ ਹੋਵੇ, ਉਹਨੂੰ ਬੇਨਤੀ ਕਰਨੀ ਹੈ ਕਿ ਇਹੋ ਜਿਹੇ ਹੰਕਾਰੀ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੀ ਹਮਾਕਤ ਨਾ ਹੋ ਸਕੇ ਕਿ ਸਾਡੀ ਬਰਾਦਰੀ ਦੇ ਬਾਰੇ ਉਲਟੀ ਸਿੱਧੀ ਗੱਲ ਕਰਨ ਦੀ। ਦੂਜੇ ਪਾਸੇ ਮੈਂ ਸਰਦਾਰ ਕੁਲਤਾਰਨ ਸਿੰਘ ਜੀ ਸੰਧਵਾ ਜੀ, ਜੋ ਕਿ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ, ਉਹਨਾਂ ਨੂੰ ਬੇਨਤੀ ਕਰਦਾ, ਤੁਹਾਡੇ ਕੋਲ ਬਹੁਤ ਵੱਡੀ ਪਾਵਰ ਹੈ, ਪਾਰਟੀ ਨਾਲ ਗੱਲ ਕਰਕੇ ਇਹਦੀ ਇਮੀਜੀਏਟ ਟਿਕਟ ਕਟਾਈ ਜਾਵੇ ਔਰ ਇਮੀਜੀਏਟ ਇਹਨੂੰ ਮੰਤਰਾਲੇ 'ਚੋਂ ਬਾਹਰ ਕੱਢਿਆ ਜਾਵੇ। ਜੇ ਤੁਸੀਂ ਕੋਈ ਐਕਸ਼ਨ ਨਹੀਂ ਲੈਂਦੇ, ਮੇਰੇ ਵੀਰ ਜੀ ਸਤਿਕਾਰਯੋਗ ਕੁਲਤਾਰ ਸਿੰਘ ਸੰਧਵਾ ਜੀ, ਤੁਸੀਂ ਮੇਰੇ ਛੋਟੇ ਭਰਾ ਹੋ, ਤੁਸੀਂ ਮੈਨੂੰ ਚੰਗੀ ਤਰੀਕੇ ਨਾਲ ਜਾਣਦੇ ਹੋ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਰਾਮਗੜੀਆ ਭਾਈਚਾਰਾ, ਵਿਸ਼ਕਰਮਾ ਸਮਾਜ, ਓ ਬੀ ਸੀ ਭਾਈਚਾਰਾ ਅਤੇ ਤੁਹਾਨੂੰ ਵੀ ਮਾਫ਼ ਨਹੀਂ ਕਰੇਗਾ ਜੇ ਤੁਸੀਂ ਇਹਦੇ ਅਗੇਂਸਟ ਕੋਈ ਆਵਾਜ਼ ਨਾ ਚੱਕੀ। ਮੈਂ ਇਸ ਗੱਲ ਨੂੰ ਖੁੱਲ੍ਹੇ ਸ਼ਬਦਾਂ ਦੇ ਵਿੱਚ ਕਹਿੰਦਾ, ਇੱਥੇ ਕੋਈ ਪਾਰਟੀਬਾਜ਼ੀ ਦੀ ਗੱਲ ਨਹੀਂ ਹੈ, ਇੱਥੇ ਜੋ ਨਿਸ਼ਾਨਾ ਉਹਨੇ ਸਾਡੇ 'ਤੇ ਸਾਧਿਆ ਉਹਦਾ ਖੁੱਲ੍ਹਾ ਜਵਾਬ ਸਾਰਿਆਂ ਨੂੰ ਮਿਲ ਕੇ ਦੇਣਾ ਚਾਹੀਦਾ। ਮੈਂ ਫਿਰ ਇੱਕ ਵਾਰੀ ਪੂਰੇ ਸੰਸਾਰ 'ਚ ਵੱਸਦੇ ਹੋਏ ਓ ਬੀ ਸੀ ਭਾਈਚਾਰੇ ਨੂੰ ਬੇਨਤੀ ਕਰਦਾ, ਆਪਣੀ ਆਵਾਜ਼ ਬੁਲੰਦ ਕਰੋ ਔਰ ਇਸ ਨਿਖੇਦ ਆਦਮੀ ਦਾ ਉਹ ਹਸ਼ਰ ਕਰੋ ਤਾਂ ਕਿ ਆਉਣ ਵਾਲੇ ਉਹਦੀਆਂ ਪੀੜ੍ਹੀਆਂ ਵੀ ਯਾਦ ਰੱਖਣ ਕਿ ਸਾਡੇ ਪਿਓ ਦਾਦੇ ਨੇ ਕੋਈ ਬਕਵਾਸ ਕੀਤੀ ਸੀ ਜਿਹਦਾ ਸਾਨੂੰ ਹਰਜਾਨਾ ਭੁਗਤਣਾ ਪਿਆ। ਬਹੁਤ ਬਹੁਤ ਧੰਨਵਾਦ। ਨਮਸਕਾਰ ਦੋਸਤੋ, ਬੀ ਸੀ ਆਰ ਨਿਊਜ਼ ਮੇ ਆਪਕਾ ਸਵਾਗਤ ਹੈ। ਮੈਂ ਹੂੰ ਆਪਕਾ ਹੋਸਟ ਐਂਡ ਦੋਸਤ ਅਜੇ ਸ਼ਾਸਤਰੀ। ਉਮੀਦ ਹੈ ਆਪਕੋ ਯੇ ਹਮਾਰਾ ਵੀਡੀਓ ਅੱਛਾ ਲਗਾ ਹੋਗਾ, ਤੋ ਆਪ ਇਸਕੋ ਸ਼ੇਅਰ ਕੀਜੀਏ ਔਰ ਲਾਈਕ ਕੀਜੀਏ ਔਰ ਸਾਥ ਸਾਥ ਹਮਾਰੇ ਚੈਨਲ ਕੋ ਸਬਸਕ੍ਰਾਈਬ ਵੀ ਕੀਜੀਏ। ਜੀ ਹਾਂ, ਐਸੇ ਹੀ ਨਏ ਵੀਡੀਓ ਕੇ ਸਾਥ ਫਿਰ ਆਪਕੇ ਸਾਥ ਹਾਜ਼ਰ ਹੋਗੇ। ਤਬ ਤੱਕ ਕੇ ਲੀਏ ਆਪਸੇ ਅਲਵਿਦਾ ਲੇਤੇ ਹੈਂ। ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ, ਜੈ ਹਿੰਦ ਦੋਸਤੋ।